ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵੋ ਕੋ ਪਾਵਨ ਉਪਦੇਸ਼ ਦੇਤੇ ਹੈ ਕਿ ਜੋ ਜੀਵ ਪ੍ਰਭੂ ਕੇ ਨਾਮ ਕਾ ਸਿਮਰਨ ਕਰਤਾ ਹੈ ਉਸਕਾ ਜਮਦੂਤੋ ਕੇ ਸਾਥ ਕੋਈ ਕਾਮ ਨਹੀਂ ਰਹਿਤਾ ਉਸਕਾ ਉਹ ਜੀਵਨ ਸਫਲ ਹੋ ਜਾਤਾ ਹੈ ਚਮਰਤਾ ਗਾਥ ਨ ਜਨਈ ਲੋਗ ਗਠਾਵੈ ਪਨਹੀ ਰਹਾਉ ਚਮਰਟਾ ਗਾਠ ਨ ਜਨਈ ਲੋਗ ਗਠਾਵੈ ਪਨਹੀ ਚਮੜੇ ਸੇ ਲਿਪਟੇ ਹੋਏ ਸਰੀਰ ਕੇ ਸਾਥ ਮੈਂ ਝੂਠੀ ਪ੍ਰੀਤ ਕਰਨੀ ਨਹੀਂ ਜਾਣਦਾ ਔਰ ਸੰਸਾਰੀ ਲੋਕ ਮੇਰੇ ਪਾਸ ਇਸ ਰੂਪੀ ਜੁੱਤੀ ਕੇ ਸਾਥ ਝੂਠੀ ਪ੍ਰੀਤ ਕਰਨੇ ਕੇ ਲੀਏ ਆਤੇ ਹੈ ਮੈਂ ਇਸ ਚਮੜੇ ਸੇ ਲਿਪਟੇ ਹੋਏ ਸਰੀਰ ਕੇ ਸਾਥ ਪ੍ਰੀਤੀ ਕਰਨੀ ਨਹੀਂ ਜਾਣਦਾ ਔਰ ਲੋਕ ਇਸ ਸਰੀਰ ਕੇ ਸਾਥ ਪ੍ਰੀਤੀ ਬਿਠਾਨੇ ਕੇ ਲੀਏ ਮੇਰੇ ਪਾਸ ਆਤੇ ਹੈ ਮੈਂ ਸਭ ਜੀਵੋ ਕੋ ਕੇਵਲ ਹਰ ਕੇ ਸਿਮਰਨ ਕਰਨੇ ਕਾ ਹਰ ਸੇ ਸੱਚੀ ਪ੍ਰੀਤੀ ਕਰਨੇ ਕਾ ਮਾਰਗ ਦਿਖਾਤਾ ਹੂੰ ਔਰ ਨਹੀਂ ਜਿਹ ਤੋ ਆਰ ਨਹੀਂ ਜਹ ਤੋਪੋ ਨਾਹੀ ਰਾਮਬੀ ਠਾਊ ਰੂਪੂ ਮੇਰੇ ਪਾਸ ਐਸੀ ਤੀਕਸ਼ਣ ਬੁੱਧੀ ਰੂਪੀ ਕੋਈ ਆਰ ਨਹੀਂ ਹੈ ਜਿਸਕੇ ਮਾਧਿਅਮ ਸੇ ਮੈਂ ਸੰਸਾਰ ਕੇ ਜੂਟੇ ਬੰਧਨੋ ਮੇਂ ਔਰ ਸਰੀਰ ਸੇ ਜੂਟੀ ਪ੍ਰੀਤ ਕਰੂੰ ਨਾ ਹੀ ਰਾਮਬੀ ਠਾਊ ਰੂਪੂ ਨਾ ਹੀ ਮੇਰੇ ਪਾਸ ਐਸੀ ਕੋਈ ਵਿਦਿਆ ਰੂਪੀ ਰਾਮਬੀ ਹੈ ਜਿਸਸੇ ਮੈਂ ਇਧਰ ਕੀ ਬਾਤੇ ਉਧਰ ਉਧਰ ਕੀ ਬਾਤੇ ਇਧਰ ਕਰੂੰ ਮੈਂ ਤੋ ਕੇਵਲ ਹਰ ਕਾ ਸਿਮਰਨ ਕਰਤਾ ਹੂੰ ਲੋਗ ਗੰਠ ਗੰਠ ਖਰਾਬ ਗੂਚਾ ਹਾਂ ਬਿਨ ਗਾਠੇ ਜਾਏ ਪਹੁਚਾ ਲੋਗ ਗੱਠ ਗੱਠ ਖਰਾਬ ਗੂਚਾ ਹਾਂ ਬਿਨ ਗਾਠੇ ਜਾਏ ਪਹੁਚਾ ਸੰਸਾਰੀ ਲੋਗ ਇਸ ਸਰੀਰ ਕੇ ਸਾਥ ਯੂਟੀ ਪ੍ਰੀਤ ਗੱਠ ਗੱਠ ਕਰ ਬਾਬ ਜੋੜ ਜੋੜ ਕਰ ਅੱਛੇ ਖਰਾਬ ਹੋ ਰਹੇ ਹੈ
भाव अपने अमोलक जीवन में इस शरीर के साथ झूठी प्रीत लगा लगा कर भटक रहे हैं। होम बिन गाठे जाए पहुंचा, मैं इस शरीर के साथ झूठी प्रीत लगाने के बिना ही हर के साथ सच्ची प्रीति करने से प्रभु के दरबार में पहुंच गया हूं। रविदास जपे राम नामा, मोहे जम से नाही कामा। रविदास जपे राम नामा, मोहे जम स्यो नाही कामा। सतगुरु रविदास महाराज जी फरमाते हैं कि मैं प्रभु का राम नाम जपता हूँ, इसलिए मुझे जमों के साथ कोई काम नहीं है। जो जीव सर में रमे हुए राम का स्मरण करता है वो जीवत मुक्त हो जाता है। सतगुरु कबीर साहब महाराज जी उच्चारण करते हैं, कहत कबीर अब नहीं कामा, हमरो मन तन राम को नामा। कि हमारा संसारिक लोगों के साथ कोई काम नहीं है, क्योंकि हमारे जीवन का आधार हर का नाम है, इसलिए सब जीवों को हर के साथ सच्ची प्रीति कर अनमोल जीवन को सफल करना चाहिए। जय गुरुदेव।